ਇਹ ਭੱਠੀ ਤੁਸੀਂ ਆਪ ਬਣਾਈ ਹੈ? ਅੱਲਾ ਨੇ ਬਿਹਤਰੀਨ ਹੈ। ਧੂੰਆਂ ਨਿਕਲਣ ਦਾ ਨਿਜ਼ਾਮ ਹੈ ਉੱਤੋਂ। ਅੱਛਾ ਤੇ ਇਹ ਇਹਦੇ ਨਾਲ ਕੀ ਛੁਰੀਆਂ ਟਿੱਕੀਆਂ ਕਰਦੇ ਨੇ? ਹਾਂ ਇਹਦੇ ਨਾਲ ਛੁਰੀਆਂ ਟਿੱਕੀਆਂ ਹੁੰਦੀਆਂ, ਵਾੜੀਆਂ ਟਿੱਕੀਆਂ ਹੁੰਦੀਆਂ, ਵਾੜੇ ਟਿੱਕੇ ਹੁੰਦੇ। ਅੱਛਾ 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 ਤੇ ਇਹ ਇਹਨੂੰ ਕੀ ਆਖਦੇ ਨੇ? ਦੋ ਸਾਂਗਾ। ਦੋ ਸਾਂਗਾ ਲੱਕੜੀ ਚਾਵਣ ਵਾਲਾ, ਇਹ ਲੱਕੜੀਆਂ ਉਹ ਤਾਂ ਚਾਹ ਤੇ ਰੱਖਣ ਵਾਸਤੇ। ਅੱਛਾ ਸਹੀ 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 ਬਿਲਕੁਲ ਬਿਹਤਰੀਨ। ناظرین یہ ایک لوہار کی دکان پر میں موجود ہوں اس وقت، آپ لوگوں کو دکھاتے ہیں کہ لوہار کی زندگی کس طرح وہ گزارتے ہیں، کس طرح اپنا کام وغیرہ کرتے ہیں۔ تو یہ ایک چھوٹی سی دکان ہے، تو ابھی میں اپنا کلہاڑا ان سے وہ تیز کروانے کے لیے لے کر آیا ہوں۔ ਇਹ ਕੀ ਕੁਹਾੜਾ ਹੁਣ ਇੱਥੇ ਗਰਮ ਹੋ ਰਿਹਾ ਅੱਗ ਦੇ ਵਿੱਚ? ਬਿਲਕੁਲ, ਤੁਹਾਡੀਆਂ ਅੱਖੀਂ ਦੇ ਸਾਹਮਣੇ ਤੇ ਕੈਮਰੇ ਦੇ ਸਾਹਮਣੇ ਇਹ ਗਰਮ ਕਰਨ ਤੋਂ ਬਗੈਰ ਨਹੀਂ ਸੈੱਟ ਹੋ ਸਕਦਾ। ਬੰਦਾ ਵੀ ਬੰਦੇ ਨੂੰ ਕਾਬੂ ਕਰਦਾ ਕਿਸੇ ਤਰੀਕੇ 'ਚ ਕਰਦਾ ਹੈ, ਅਤੇ ਲੋਹਾਰ ਲੋਹੇ ਨੂੰ ਕਾਬੂ ਕਰਦਾ ਹੈ ਤਾਂ ਕਿਸੇ ਹਿਸਾਬ ਵਿੱਚ ਕਰਦਾ ਹੈ, ਕਾਬੂ ਨਹੀਂ ਆਉਂਦਾ। ਬਿਲਕੁਲ ਐਵੇਂ ਨਹੀਂ ਹੋ ਸਕਦਾ। ਹਾਂਜੀ ਹਾਂਜੀ ਮੈਂ ਪਿੱਛਾ ਹੋ ਜਾਵਾਂ ਕਿ ਬੈਠਾ ਰਹਾਂ? ਫੁੱਲ ਗਰਮ ਹੈ ਇਸ ਟਾਈਮ। ਗਰਮ ਕਰਨ ਤੋਂ ਬਾਅਦ ਹੈ